ਪੰਜਾਬ ਸਰਕਾਰ ਵੱਲੋਂ ਤਰਨਤਾਰਨ ਫਿਰੋਜ਼ਪੁਰ ਮੋਗਾ ਸੰਗਰੂਰ ਅਮ੍ਰਿਤਸਰ ਦੀ ਸਬਡਿਵੀਜ਼ਨ ਅਜਨਾਲਾ ਸੈਕਟਾ ਅਜੀਤ ਸਿੰਘ ਨਗਰਦੇਵ ਵਾਈਪੀਐਸ ਸਟੌਂਗ ਤੋਂ ਹਵਾਈ ਅੱਡਾ ਮਾਰਗ ਤੱਕ ਕੁਝ ਇਲਾਕਿਆਂ ਵਿੱਚ ਇੰਟਰਨੈਟ ਸੇਵਾਵਾਂ ਉੱਪਰ پابੰਦੀ 23 ਮਾਰਚ ਦੁਪਹਿਰ 12 ਵਜੇ ਤੱਕ ਵਾਧਾ ਦਿੱਤੀ ਗਈ ਹੈ। ਬਾਕੀ ਜ਼ਿਲ੍ਹਿਆਂ ਵਿੱਚ ਇੰਟਰਨੈਟ ਸੇਵਾਵਾਂ ਬਾਅਦ ਦੁਪਹਿਰ 12 ਵਜੇ ਤੋਂ ਚਾਲੂ ਹੋ ਗਈਆਂ ਨੇ। ਜ਼ਿਕਾਇ ਯੋਗੀ ਕੀ ਖਾਲਿਸਤਾਨ ਸਮਰਥਕ ਵਕਫਾ ਦੀ ਅਮਰਿਤਪਾਲ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ ਪੰਜਾਬ ਪੁਲਿਸ ਲਗਾਤਾਰ ਅਭਿਆਨ ਚਲਾ ਰਹੀ ਹੈ ਰਾਜ ਸਰਕਾਰ ਨੇ ਮੋਬਾਈਲ ਇੰਟਰਨੈਟ ਅਤੇ SMS ਸੇਵਾ ਤੇ ਪਾਬੰਦੀ ਲਗਾ ਦਿੱਤੀ ਸੀ